ਪਰਿਵਾਰ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦ ਵਿਦੇਸ਼ੀ ਧਰਤੀ ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇ ਪੰਜਾਬ ਪਹੁੰਚੀ। ਤਸਵੀਰਾਂ ਨੇ ਜ਼ਿਲ੍ਹਾ ਨਵਾਂਸ਼ਹਿਰ ਦੀਆਂ, ਜਿੱਥੇ ਇੱਕ ਸ਼ਖਸ ਦਾ ਦੇਹ ਇੱਕ ਬਕਸੇ ਦੇ ਵਿੱਚ ਬੰਦ ਹੋ ਕੇ ਆਇਆ, ਜਿਸ ਨੇ ਪਰਿਵਾਰ ਨੂੰ ਬੇਹੱਦ ਵੱਡਾ ਦੁੱਖ ਦਿੱਤਾ। ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ। ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚੀ, ਜਿਸ ਤੋਂ ਬਾਅਦ ਮਾਹੌਲ ਗਮਗੀਣ ਹੋ ਗਿਆ। ਕਰੀਬ 54 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਵਿੱਚ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਆਖਰੀ ਸਾਹ ਲਏ ਅਤੇ ਹੁਣ ਪੰਜਾਬ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਉਹਨਾਂ ਦੀ ਮ੍ਰਿਤਕ ਦੇ ਇਟਲੀ ਤੋਂ ਪੰਜਾਬ ਪਹੁੰਚੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਕੀ ਨਾਮ ਸੀਗਾ ਜੀ? ਕੁਲਦੀਪ ਕੁਮਾਰ। ਕਿੰਨੀ ਕੁ ਉਮਰ ਸੀ? ਉਮਰ 55 ਸਾਲ ਦੀ ਹੋਈ ਸੀ। ਪਰਿਵਾਰ 'ਚ ਇਹਨਾਂ ਦੇ ਕੌਣ ਕੌਣ ਹੈ ਜੀ? ਪਰਿਵਾਰ 'ਚ ਤਾਂ ਹੁਣ ਮੈਂ ਹੀ ਵੱਡਾ ਰਹਿ ਗਿਆ, ਬਾਕੀ ਇਹਨਾਂ ਦੇ ਬੱਚੇ ਜੀ? ਬੱਚੇ ਆ, ਤਿੰਨ ਕੁੜੀਆਂ ਆ। ਤਿੰਨ ਬੱਚੇ ਆ, ਕੁੜੀਆਂ? ਕੋਈ ਬੇਟਾ ਵੀ ਹੈ ਜੀ? ਬੇਟਾ ਨਹੀਂ, ਤਿੰਨ ਬੱਚੇ ਆ ਜੀ। ਬਿਮਾਰ ਸੀਗਾ ਜੀ, ਉਸਦੇ ਹਸਪਤਾਲ ਸੀਗੇ। ਕਿੰਨਾ ਚਿਰ ਹੋ ਗਿਆ ਸੀ ਇਹਨਾਂ ਨੂੰ ਵਿਦੇਸ਼ ਗਿਆ ਨੂੰ? 22 ਸਾਲ ਹੋ ਗਿਆ ਜੀ।